ਕਹਿ ਰਹੇ ਨੇ ਕਹਿੰਦੇ ਵੀ ਕਾਂਗਰਸ ਚੋਂ ਕੋਈ ਨਾ ਕੋਈ ਕਹਿੰਦੇ ਮੰਤਰੀ ਬਣਨ ਨੂੰ ਕਾਲਾ ਹੋ ਰੱਖਿਆ, ਕਹਿੰਦੇ ਦੇ ਹੁਣ ਡਿਸਾਈਡ ਨਹੀਂ ਹੋ ਰਿਹਾ ਵੀ ਕਿਹਨੂੰ ਕਿਹੜਾ ਮਹਿਕਮੇ ਵਾਲਾ ਕਿਹੜਾ ਮੰਤਰੀ। ਚਲੋ ਉਹਨਾਂ ਨੂੰ ਕਹੋ ਆਦਰਨੀਆ 69 ਸਾਲਾਂ ਦੀ ਉਮਰ ਦੇ ਵਿੱਚ ਵਿਅਕਤੀ ਗੱਲ ਜਦੋਂ ਕਰੇ ਨਾ ਉਦੋਂ ਪਾਏਦਾਰ ਵਾਲੀ ਗੱਲ ਕਰਨੀ ਚਾਹੀਦੀ। ਜੇ ਸਾਡਾ ਮੰਤਰੀ ਕੋਈ ਬਣ ਜੇ ਆਮ ਆਦਮੀ ਪਾਰਟੀ 'ਚ, ਰਾਜਾ ਵੜਿੰਗ ਰਾਜਨੀਤੀ ਛੱਡ ਜਾਏਗਾ। ਉਹ ਇਹ ਗੱਲ ਕਨਫਿਊਜ਼ਨ ਪੈਦਾ ਕਰ ਰਹੇ ਨੇ ਨਾ ਜਾਖੜ ਸਾਹਿਬ ਕਿ ਇਹਨਾਂ 'ਚੋਂ ਕੋਈ ਮੰਤਰੀ ਸਾਡਾ ਅਲਾਇੰਸ ਹੋ ਗਿਆ ਉੱਤੇ ਮਿਲ ਗਏ, ਜੇ ਕੋਈ ਸਾਡਾ ਮੰਤਰੀ ਬਣੇ ਜਾਂ ਸਾਡਾ ਕੋਈ ਵਿਅਕਤੀ ਆਮ ਆਦਮੀ ਪਾਰਟੀ ਰਾਜਾ ਵੜਿੰਗ ਰਾਜਨੀਤੀ ਛੱਡ ਜਾਏਗਾ। ਅਗਰ ਕੋਈ ਨਹੀਂ ਬਣਿਆ ਤਾਂ ਜਾਖੜ ਸਾਹਿਬ ਕਿਰਪਾ ਕਰਕੇ ਆਪਦੇ ਬਿਆਨ ਦੇ ਮੁਤਲਕ ਮਾਫ਼ੀ ਮੰਗ ਲੈਣ। ਮੈਂ ਨਹੀਂ ਕਹਿੰਦਾ ਉਹ ਰਾਜਨੀਤੀ ਛੱਡਣ, ਕਿਉਂਕਿ ਛੱਡਣੀ ਨਹੀਂ। ਐਵੇਂ ਇਸ ਉਮਰ 'ਚ ਝੂਠੀ ਅਫਵਾਹ ਫੈਲਾਉਣੀ ਕਿ ਉੱਧਰ ਮੰਤਰੀ ਦੀ ਗੱਲ ਚੱਲ ਰਹੀ ਹੈ, ਹੁਣ ਉਹਨਾਂ ਨਾਲ ਅਲਾਇੰਸ ਹੋ ਗਿਆ, ਇਹ ਗਲਤ ਗੱਲ ਨਹੀਂ ਕਰਨੀ ਚਾਹੀਦੀ। ਔਰ ਐਡੀ ਉਮਰ ਦੇ ਵਿਅਕਤੀ ਤੋਂ ਇਹੋ ਜਿਹੀਆਂ ਗੱਲਾਂ ਚੰਗੀਆਂ ਨਹੀਂ।